पंजाब सरकार दे वल्लों बेट इलाके दे विच मंजूर की गई सरकारी खड्ड दे विच रेते की भराई नूं लैके पिंड समशपुर दे वासियां अते रेता भरनाए मजदूरां दी आपसी तकरारबाजी कारण अधिकारियों नूं चलदा कम विचाले ही बंद करना पिया। प्राप्त जानकारी दे अनुसार माछीवाड़ा नेड़े वगदे सतलुज दरिया दे विच सरकारी खड्ड जो कि नवां शहर जिले की हदूद दे विच पैंदी है उस दे विचों कई दिनों तो दुआबे दे करीब 150 व्यक्ति ट्रालियां दे विच रेता भरन लई आ रहे सी ते अज नेटले पिंड समशपुर दे बहुत सारे मजदूरां ने इस खड्ड दे विचों आप रेता भरन दी हक जतौंदिया मजदूरां नूं भराई करन तो रोक दिता, जिस दे कारण मौके ते मौजूद माइनिंग इंस्पैक्टर ने मजदूरां दी आपसी तकरारबाजी नूं देखदे हुए उत्थे काम बंद करवा दिता ते पत्रकारां दे वल्लों दोवां धिरां दे व्यक्तियां दे नाल गलबात की गई। की कहना सी उन्हां दा, आओ सुनाओ। हाँ जी सर, की नाम है जी? रवनीत सिंह। की पुछता सर अपने? माइनिंग इंस्पेक्टर नवांशहर। सर अज कट किया गया पिंड वाले मजदूरों वालों भी उन्होंने काम नहीं किया जाए करन दे, की कहना चाहते इस बारे? इस बार कहने जो लेबर लगूगी सारी लगूगी, जिनी लेबर लगूगी सारी लगू, नहीं तो काम बंद है जी। हड़ताल की पार तो आए हैं, घट्टो घट 100-150 बंदा साडा खड़ा है। इधर वाले बंदे जो लेबर वाले ने वो ये कह रहे हैं भी असं थोनू काम नहीं कर लेना इतने, तो सारे ये सारे बंदे असं इतने इस वास्ते कट हुए हैं। सवेर के जाके खड़े 7 बजे के सानू कोई ट्राली नहीं भरन दे रहे, जाके खड्डे च देख लो इन्हों लेबर इधरले पास आने की लेबर ही काम कर रही हैं, हालांकि साढ़े सारे बंदे भुखण भाने बैठे हैं। इस तो अलावा कोई लेबर तो अलावा तो होर कोई काम है नहीं? नहीं सर, असं रेते काम करते हैं सर, ਅਸੀਂ ਸਾਰੇ ਬੰਦੇ ਜਿੰਨੇ ਖੜੇ ਸਭ ਰੇਤੇ ਦੇ ਕੰਮ ਕਰਨ ਵਾਲੇ ਕੰਮ ਕਰਦਾ ਸਾਰੇ ਨਿੱਕੋ ਰੋਕ ਕੌਣ ਰਿਹਾ ਤੁਹਾਨੂੰ ਕੰਮ ਕਰਨ? ਸਾਰੇ ਲੇਬਰ ਵਾਲੇ ਰੋਕ ਰਹੇ ਨੇ ਜਿਹੜੇ ਇਧਰਲੇ ਬੰਦੇ ਨੇ, ਮੈਂਬਰ ਪੰਚਾਇਤ ਰੋਕਦੇ। ਤੁਸੀਂ ਜਈ ਸਾਹਿਬ ਨਾਲ ਗੱਲ ਕੀਤੀ? ਜਈ ਸਾਹਿਬ ਨਾਲ ਸਰ ਜੀ ਗੱਲ ਕੀਤੀ, ਜਈ ਸਾਹਿਬ ਨੇ ਇਹ ਗੱਲ ਕਹੀ ਆ ਜੇ ਕੰਮ ਚੱਲੂਗਾ ਸਾਰੇ ਕੰਮ ਕਰਨਗੇ ਨਹੀਂ ਤਾਂ ਕੰਮ ਬੰਦ ਹੋ ਜੂ। ਤੇ ਰੋਜ਼ ਕਿੰਨੀਆਂ ਟਰਾਲੀਆਂ ਭਰ ਹੋ ਸਰ? ਘੱਟੋ ਘੱਟ 150-200 ਟਰਾਲੀ ਤੋਂ ਭਰ ਕੇ ਨਿਕਲਦੇ, 150-200 ਹੀ ਬੰਦਾ ਇੱਥੇ ਕੰਮ ਕਰਦਾ ਪਿਆ ਸਰ। ਪਰਲੀ ਲੇਬਰ ਤੇ ਕਿੰਨੇ ਜਾਣੇ ਆ? ਘੱਟੋ ਘੱਟ 20-50 ਬੰਦੇ ਹੋਣੇ ਜੀ ਵੱਧ ਤੋਂ ਵੱਧ। ਤੇ ਉਰਲੀ ਲੇਬਰ ਦੇ? ਮੈਂ ਤਾਂ ਘੱਟੋ ਘੱਟ 100-150 ਬੰਦਾ ਖੜਾ ਸਾਡੇ ਲੇਬਰ ਦਾ ਜੀ। ਨਹੀਂ ਤੁਹਾਨੂੰ ਸਵੇਰ ਤੋਂ ਕੰਮ ਨਹੀਂ ਕਰਨਾ? ਨਹੀਂ ਸਰ, ਸਵੇਰ ਸਾਰ ਦੇ ਵਿਹਲੇ ਬੈਠੇ ਸਾਰ, ਇੱਥੇ ਦੇਖ ਲਓ ਜਾਂ ਟਰਾਲੀਆਂ ਦੇ ਕੋਲ ਖੱਡਾ ਭਰਿਆ ਵੇ ਵਿੱਚ ਜੀ, ਭਰਦੇ ਪਏ ਆ। ਇਹ ਟੱਕ ਕਿਹੜੇ ਏਰੀਆ 'ਚ ਪੈਂਦਾ? ਇਹ ਟੱਕ ਸਰ ਨਵੇਂ ਸ਼ਹਿਰ 'ਚ ਪੈਂਦਾ, ਪਿੰਡ ਸਮਸਪੁਰ ਆ ਜੀ ਇਹ। ਹੁਣ ਤੁਹਾਡੀ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਸਰ, ਸਾਡੀ ਮੰਗ ਹੈ ਵੀ ਸਾਨੂੰ ਕੰਮ ਮਿਲਣਾ ਚਾਹੀਦਾ, ਅਸੀਂ ਮਜ਼ਦੂਰ ਬੰਦੇ ਹਾਂ, ਸਭ ਘਰ ਤੋਂ ਆਸ ਕਰਕੇ ਆਏ ਨੇ, ਸਾਡੇ ਬੱਚੇ ਘਰੇ ਦੇਖਦੇ ਵੀ ਸ਼ਾਮ ਨੂੰ ਆਉਣਗੇ 200-400 ਲਿਆਉਣਗੇ, ਅਸੀਂ ਸਰ ਸਵੇਰ ਦੇ ਉੱਤੇ ਬੈਠੇ ਭੁੱਖਣ ਪਾਣੇ। ਹਾਂਜੀ ਸਰ, ਕੀ ਨਾਮ ਹੈ ਜੀ? ਨਾਮ ਲੱਕੀ ਸਿੰਘ ਹੈ ਜੀ ਮੇਰਾ। ਪਾਰਲੀ ਪਾਰ ਵਾਲੀ ਲੇਬਰ ਨੂੰ ਕੰਮ ਨੀ ਕਰਨ ਦੇਣਾ ਭਾਈ, 150-200 ਬੰਦਾ ਪਾਰਲੀ ਪਾਰ ਤੋਂ ਆ ਰਿਹਾ ਕੰਮ ਕਰਨ ਜੀ, ਤੇ ਪਾਰਲੀ ਉਰਲੀ ਲੇਬਰ ਵਾਲਿਆਂ ਦਾ ਇਹੀ ਮਸਲਾ ਕਿ ਸਾਡੀ ਲੇਬਰ ਕੰਮ ਕਰੂਗੀ, ਪਾਰਲੀ ਪਾਰ ਵਾਲੀ ਲੇਬਰ ਕੰਮ ਨੀ ਕਰੂਗੀ ਭਾਜੀ। ਅੱਜ ਘੱਟੋ ਘੱਟ ਹਫ਼ਤਾ 10 ਦਿਨ ਹੋ ਗਏ ਟੱਕ ਚੱਲਦੇ ਨੂੰ, ਪਹਿਲਾਂ 4 ਦਿਨ ਵਿੱਚ ਬੰਦ ਹੋ ਗਿਆ ਸੀਗਾ ਜੀ। ਨਹੀਂ ਹੁਣ ਇਹ ਕੀ ਕਹਿ ਰਹੇ ਨੇ ਉਰਲੀ ਲੇਬਰ ਨੂੰ ਕੰਮ ਨਹੀਂ ਕਰਨ ਦੇਣਾ ਕਿ? ਨਹੀਂ ਭਾਈ, ਉਰਲੀ ਲੇਬਰ ਕਹਿੰਦੇ ਜਿਹੜੀ ਪਾਰ ਦੀ ਆ ਉਹ ਲੇਬਰ ਕੰਮ ਕਰੂਗੀ, ਜਿਹੜੀ ਪਰਲੇ ਪਾਰ ਤੋਂ ਲੇਬਰ ਆ ਰਹੀ ਆ 150-200 ਬੰਦਾ ਉਹ ਨਹੀਂ ਕੰਮ ਕਰੂਗਾ, ਵੀ ਸਾਡੇ ਹੀ ਏਰੀਏ ਦੇ ਬੰਦੇ ਕੰਮ ਕਰਨਗੇ ਜੀ ਉਰਲੇ ਦਾ। ਟੋਟਲ ਲੇਬਰ ਤੇ ਕਿੰਨੇ ਜਾਣੇ ਆ? ਟੋਟਲ ਭਾਈ 150-200 ਬੰਦਾ ਜੀ ਪਰਲੇ ਪਾਰ ਤੋਂ ਆ ਰਿਹਾ ਜਿਹੜਾ ਜੀ, ਉਰਲੇ 20 ਬੰਦੇ ਆ ਜੀ ਇਧਰਲੀ ਲੇਬਰ ਦੇ। ਉਰਲੀ ਲੇਬਰ ਨੂੰ ਕਰਨ ਨਹੀਂ ਦੇ ਰਹੇ ਕੰਮ? ਨਹੀਂ, ਪਰਲੀ ਲੇਬਰ ਨੂੰ ਕੰਮ ਨਹੀਂ ਭਾਜੀ ਕਰਨ ਦੇ ਰਹੇ ਉਰਲੀ ਲੇਬਰ ਵਾਲੇ। ਤੁਸੀਂ ਕਿਸੇ ਸਰਕਾਰੀ ਅਧਿਕਾਰੀ ਨਾਲ ਗੱਲਬਾਤ ਕੀਤੀ? ਭਾਈ ਅਸੀਂ ਜੇਈ ਸਾਹਿਬ ਉਹਨਾਂ ਨਾਲ ਗੱਲ ਕੀਤੀ ਜਿਹੜੇ ਮੌਕੇ ਦੇ ਮੌਜੂਦ ਅਫਸਰ ਨੇ ਜੀ, ਉਹ ਕਹਿੰਦੇ ਵੀ ਜੇ ਚੱਲੂਗਾ ਤਾਂ ਕੰਮ ਸਾਰੇ ਹੀ ਕੰਮ ਕਰਨਗੇ ਨਹੀਂ ਤਾਂ ਕੰਮ ਬੰਦ ਹੋਊਗਾ ਜੀ। ਹੁਣ ਤੁਸੀਂ ਸਰਕਾਰ ਤੇ ਪ੍ਰਸ਼ਾਸਨ ਦਾ ਮੰਗ ਕੀ ਕਰਦੇ? ਸਾਡੀ ਇਹੀ ਮੰਗ ਆ ਭਾਈ ਕਰਦੇ ਵੀ ਸਾਡਾ ਕੰਮ ਚੱਲਣਾ ਚਾਹੀਦਾ, ਸਾਰੇ ਹਾਂ ਜੀ ਕੰਮ ਮਿਲਣਾ, ਕੰਮ ਚੱਲਿਆ ਸਰਕਾਰੀ ਕੰਮ ਤਾਂ ਸਾਰੇ ਰਲ ਮਿਲ ਕੇ ਕੰਨ ਕੰਮ ਜੀ, ਸਾਡਾ ਕਿਸੇ ਨਾਲ ਇੱਦਾਂ ਕੋਈ ਹੈ ਨੀਗਾ ਕਿ ਜੋ ਵੀ ਆਊਗਾ ਕਰਕੇ ਲੈ ਕੇ ਜਾਊਗਾ ਜੀ, ਸਾਡਾ ਇਹੀ ਪ੍ਰਸ਼ਾਸਨ ਮੂਹਰੇ ਮੰਗ ਆ ਕਿ ਕੰਮ ਸਾਰੇ ਹੀ ਰਲ ਕੇ ਕਰਨ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ? ਮੇਰਾ ਨਾਮ ਜੀ ਸਾਧਾ ਸਿੰਘ ਜੀ। ਵੀਰ ਜੀ, ਦੂਜੀ ਮਜ਼ਦੂਰਾਂ ਵੱਲੋਂ ਇੱਥੇ ਹੜਤਾਲ ਕੀਤੀ ਗਈ ਵੀ ਤੁਹਾਡੇ ਵੱਲੋਂ ਲੇਬਰ ਨੂੰ ਕੰਮ ਨਹੀਂ ਕੀਤਾ ਜਾਂ ਆਮ ਜਾ ਰਿਹਾ? ਦੇਖੋ ਜੀ, ਅਸੀਂ ਗਏ ਸੀ ਬੱਲੀਵਾਲ, ਸਾਨੂੰ ਇਹਨਾਂ ਨੇ ਮੋਟਰਸਾਈਕਲਾਂ ਤੋਂ ਨਹੀਂ ਲੱਥਣ ਦਿੱਤਾ, ਕਹਿੰਦੇ ਆਪਣੇ ਘਰ ਜਾਓ, ਅਸੀਂ ਬਾਹਰ ਦੇ ਬੰਦੇ ਨਹੀਂ ਲੱਗਣ ਦੇਣੇ, ਇਸ ਕਰਕੇ ਅਸੀਂ ਵੀਡ ਕਾਰਡ ਆਇਆ ਸੀ,
ਹੁਣ ਚਲੋ ਸਮਝੌਤਾ ਹੋ ਗਿਆ ਜੋ ਜੈ ਸਾਹਿਬ ਨੇ ਕਹਿਤਾ ਚਲੋ ਲੱਗਦੇ ਆ ਲੱਗ ਪੈਣ ਸਾਨੂੰ ਕੋਈ ਹੁਣ ਇਤਰਾਜ਼ਗਰੀ ਨਹੀਂ ਬੰਦੇ ਬਹੁਤ ਜ਼ਿਆਦਾ ਨੇ ਬੰਦੇ 100-150 ਬੰਦਾ ਹੀ ਸਾਡੇ ਬੰਦੇ 70-75 ਬੰਦੇ ਨੇ ਸਾਨੂੰ ਟਰਾਲੀ ਨਹੀਂ ਮਿਲਦੀ ਜੀ ਸਾਨੂੰ ਕੋਈ ਸਾਨੂੰ ਟਰਾਲੀ ਨਹੀਂ ਮਿਲਦੀ ਜੀ ਜਿਹੜੀ ਟਰਾਲੀ ਆਉਂਦੀ ਪਿੱਛੇ ਹੀ ਬਹਿ ਕੇ ਆ ਜਾਂਦੇ ਸਾਡੀ ਆ ਟਰਾਲੀ ਸਾਡੇ 70 ਬੰਦੇ ਨੇ ਸਾਡੇ 70 ਬੰਦੇ ਆ ਜੀ ਇਹਨਾਂ ਦਾ ਸਰ ਜੀ 30-30 ਟਰਾਲੀਆਂ ਖੜੀਆਂ ਰਹਿੰਦੀਆਂ ਜੀ ਅਸੀਂ 2-2 3-3 ਟਰਾਲੀਆਂ ਭਰ ਕੇ ਦਿਹਾੜੀ ਦੇ ਘਰ ਜਾਈਦੇ ਆ ਜੀ ਇਹਨਾਂ ਦੀ ਕੋਲ ਟਰਾਲੀ ਬੱਲੀਵਾਲ ਦੀ ਆਉਂਦੀ ਆ ਉਹ 30-35 ਟਰਾਲੀਆਂ ਆਉਂਦੀ ਆ ਉਹ ਸਾਰੀਆਂ ਜਿਹਨੂੰ ਪੁੱਛ ਲਓ ਟਰਾਲੀ ਵਾਲੇ ਨੂੰ ਮੈਂ ਬੱਲੀਵਾਲ ਜਾਣਾ ਜੀ ਬੱਲੀਵਾਲ ਵਾਲਿਆਂ ਦੇ ਲੇਬਰ ਕੋਲ ਜਾਣਾ ਜੀ ਇਹਨਾਂ ਕੋਲ ਟਰਾਲੀਆਂ ਖੜੀਆਂ ਰਹਿੰਦੀਆਂ ਜੀ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਵੀ ਤੁਸੀਂ ਟਰਾਲੀਆਂ ਵੰਡ ਕੇ ਲੈ ਲਿਆ ਕਰੋ ਕਹਿੰਦੇ ਨਹੀਂ ਸਾਡੀਆਂ ਟਰਾਲੀਆਂ ਪਿੰਡ ਦੀਆਂ ਆਉਂਦੀਆਂ ਅਸੀਂ ਰੁਪਈਆ 100-150 ਕਰ ਨੂੰ ਲੈ ਕੇ ਜਾਂਦੇ ਆ ਇਹ 8-8-900 ਲੈ ਜਾਂਦੇ ਜੀ ਬਾਹਰਲੇ ਅਸੀਂ ਦੱਸੋ ਕੀ ਕਰੀਏ ਜੀ ਅਸੀਂ ਵੀ 70 ਬੰਦੇ ਆ ਸਾਡੇ ਕਾਰਡ ਬਣੇ ਅਸੀਂ ਪਹਿਲਾਂ ਤੁਸੀਂ ਮੈਨੂੰ 25-30 ਸਾਲ ਹੋ ਗਏ ਟੱਕ ਦਾ ਹੀ ਕੰਮ ਕਰਦਾ ਜੀ ਮੈਂ ਹੋਰ ਕੋਈ ਕੰਮ ਨਹੀਂ ਕਰਦਾ ਜੀ ਮੈਂ 25-30 ਸਾਲ ਹੋ ਗਏ ਮੈਨੂੰ ਟੱਕ 'ਚ ਕੰਮ ਕਰਦੇ ਨੂੰ ਐਸੇ ਜਗ੍ਹਾ ਤੇ ਜੀ ਹਾਂਜੀ ਬਾਕੀ ਸਰ ਛੁੱਟੀ ਨਹੀਂ ਕੋਈ ਇੰਟਰਸਟੀ ਨਹੀਂ ਹੈਗੀ ਠੀਕ ਹੈ ਸਾਡੇ ਇੱਥੇ ਪਿੰਡਾਂ ਦੇ ਪੜ੍ਹੇ ਲਿਖੇ ਮੁੰਡੇ ਆ ਤੇ ਕੋਈ ਇਦਾਂ ਦਾ ਨਹੀਂ ਹੈਗਾ ਜਿਹੜਾ ਅਨਪੜ੍ਹ ਆ ਪਰ ਫਿਰ ਵੀ ਇਹ ਵੇਲਚੇ ਦੇ ਨਾਲ ਚਲੋ ਆਪਣਾ ਘਰ ਦਾ ਗੁਜ਼ਾਰਾ ਕਰਦੇ ਪਏ ਆ ਜੇ ਮੰਨ ਲਓ ਇੱਥੇ ਬਾਹਰੋਂ ਬੰਦਾ 200-400-500 ਬੰਦਾ ਬਾਹਰੋਂ ਆ ਕੇ ਇੱਥੇ ਕੰਮ ਕਰੂਗਾ ਤੇ ਸਾਡੇ ਇੱਥੋਂ ਦੇ ਲੋਕਲ ਜਿਹੜੇ ਨਿਆਣੇ ਆ ਇਹ ਕਿੱਥੇ ਜਾਣਗੇ ਇਸ ਕਰਕੇ ਸਾਰੇ ਬੰਦਿਆਂ ਨੇ ਇਕੱਠੇ ਹੋ ਕੇ ਤਾਂ ਕਿਹਾ ਵੀ ਸਾਡਾ ਇੱਥੇ 10 ਦਿਨ ਕੰਮ ਚੱਲ ਜਾਊਗਾ ਪਰ ਕਿ ਤੁਸੀਂ ਖੁਦ ਨਿਗਾਹ ਮਾਰੋ ਉਧਰ ਕੈਮਰਾ ਮਾਰ ਕੇ ਦੇਖੋ ਵੀ ਕਿੰਨੇ ਕੁ ਦਿਨ ਦਾ ਰੇਤਾ ਰਹਿ ਗਿਆ ਇੱਥੇ ਹਾਂਜੀ ਸਰ ਕੀ ਨਾਮ ਹੈ ਜੀ ਕੁਲਵਿੰਦਰ ਸਿੰਘ ਨਾਮ ਹੈ ਜੀ ਸਰ ਅੱਜ ਤੁਸੀਂ ਰੇਤੇ ਟੱਕ ਦੇ ਕੱਟ ਕੀਤਾ ਕੱਟ ਕਰਨ ਦਾ ਕੀ ਕਰਨਾ ਸਾਡਾ ਤਾਂ ਜੀ ਐਵੇਂ ਸਾਡੀਆਂ ਆਪਣੀਆਂ ਟਰਾਲੀਆਂ ਜੀ ਲੇਬਰ ਆਈਆਂ ਵਾ ਹੁਣ ਇਹਨਾਂ ਦਾ ਕੋਈ ਇਸ਼ੂ ਆ ਉਹ ਜਿਹੜੇ ਪਿੰਡ ਵਾਲੀਆਂ ਲੇਬਰ ਆ ਉਹ ਕਹਿੰਦੇ ਵੀ ਅਸੀਂ ਮੰਨ ਲਾ ਅਸੀਂ ਭਰਾਂਗੇ ਟਰਾਲੀਆਂ ਵੀ ਬਾਹਲੀ ਲੇਬਰ ਨਹੀਂ ਭਰ ਸਕਦੇ ਕਦੋਂ ਦੇ ਖੜੇ ਆ ਤੁਸੀਂ ਅਸੀਂ ਸਵੇਰ ਦੇ ਆਏ ਜੀ 6 ਵਜੇ ਆਏ ਸੀਗੇ ਟਰਾਲੀ ਸਵੇਰ ਦੀ ਟਰਾਲੀ ਕੋਈ ਭਰਨੀ ਦਿੱਤੀ ਗਈ ਨਹੀਂ ਜੀ ਸਾਡੀਆਂ ਭਰਨੀ ਹੋਈਆਂ ਟਰਾਲੀਆਂ ਜੀ ਵਿੱਚੇ ਖੜੀਆਂ ਖਾਲੀ ਹੁਣ ਮੰਨ ਲਓ ਕਹਿੰਦੇ ਵੀ ਬੰਦ ਕਰ ਦੋ ਕੰਮ ਵੀ ਚਲਾਉਣੀ ਨਹੀਂ ਹੈਗਾ ਸਾਡਾ ਤਾਂ 1000-1000 ਰੁਪਏ ਦਾ ਨੁਕਸਾਨ ਹੁੰਦਾ ਜੀ ਤੇਲ ਫੂਕਿਆ ਆ ਤੜਕੇ ਦੇ ਉੱਠੇ ਆ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਜੋਰਾ ਸਿੰਘ ਜੀ ਪਿੰਡ ਦੱਲੀ ਹਾਲ ਤੋਂ ਜੀ ਤੁਸੀਂ ਅੱਜ ਕੱਟ ਕੀਤਾ ਕੱਟ ਕਰਨ ਦਾ ਕੀ ਕਾਰਨ ਤੁਹਾਡਾ ਜੀ ਕੱਟ ਦਾ ਜੀ ਮਤਲਬ ਆ ਜੀ ਸਾਡੇ 100-150 ਬੰਦਾ ਜੀ ਕਿਹੜਾ ਲੇਬਰ 'ਚ ਕੰਮ ਕਰਦਾ ਜੀ ਆ ਲੇਬਰ ਵਾਲੇ ਕਹਿੰਦੇ ਵੀ ਉਹਦੇ ਕੰਮ ਨਹੀਂ ਕਰਨ ਦੇਣਾ ਜੀ ਅੱਜ 7 ਵਜੇ ਦੇ ਆਏ ਆ ਘਰੋਂ ਨਿਕਲ ਗਏ ਜੀ ਭੁੱਖੇ ਭਾਣੇ ਆਏ ਰੋਟੀ ਪਾਣੀ ਸਾਡੀ ਉੱਧਰ ਡੱਬੇ ਉੱਧੇ ਪਈ ਆ ਜੀ ਹੁਣ ਇਹ ਲੇਬਰ ਕੰਮ ਕਰ ਰਹੀ ਪਈ ਆ ਉਹਨਾਂ ਦੇ ਲੇਬਰ 'ਚ ਆਉਣਗੇ 30-40 ਬੰਦੇ ਹੱਦ 50 ਬੰਦੇ ਹੋਣਗੇ ਉਹ ਕਹਿੰਦੇ ਅਸੀਂ ਉਹਦੇ ਕੰਮ ਨਹੀਂ ਆ ਲੇਬਰ ਨੂੰ ਕੰਮ ਦੇਣਾ ਬਾਅਦ ਦੀ ਲੇਬਰ ਨੂੰ ਜਿਹੜੀ ਬੱਲੀ ਵਾਲ ਤੋਂ ਲੇਬਰ ਪਾਰੋਂ ਆਉਂਦੀ ਆ ਜੀ ਸਾਡੀ ਇਹ ਕੋਈ ਲਿਖਤੀ ਤੌਰ ਤੇ ਲਿਖ ਕੇ ਦਿੱਤਾ ਗਿਆ ਵੀ ਉਧਰ ਇਧਰ ਨਹੀਂ ਸਾਡੇ ਨਹੀਂ ਲੇਬਰ ਵਾਲੀ ਕਹਿ ਰਹੀ ਹੋਰ ਕੋਈ ਨਹੀਂ ਕਹਿੰਦਾ ਹਾਂ ਜੈ ਸਾਹਿਬ ਕਹਿੰਦਾ ਸਰਕਾਰ ਕਹਿੰਦੀ ਵੀ ਜਿਹੜਾ ਮਰਜ਼ੀ ਆਵੇ ਟਰਾਲੀ ਵਾਲਾ ਆਵੇ ਬੰਦੇ ਲਿਆਵੇ ਆਪਣਾ ਟਰਾਲੀ ਭਰਾ ਕੇ ਲੈ ਕੇ ਜਾ ਸਕਦਾ ਜੀ ਜੈ ਸਾਹਿਬ ਵੱਲੋਂ ਕੀ ਭਰੋਸਾ ਦਿੱਤਾ ਗਿਆ ਉਹ ਤਾਂ ਐ ਕਹਿੰਦੇ ਕਹਿੰਦੇ ਕੰਮ ਕਰੋ ਸਾਰੀ ਲੇਬਰ ਕਰੂਗੀ ਨਹੀਂ ਤਾਂ ਕੰਮ ਬੰਦ ਹੋਊਗਾ ਜੀ ਸਵੇਰ ਦੀ ਕਿੰਨੀਆਂ ਟਰਾਲੀਆਂ ਭਰੀਆਂ ਜੀ ਟਰਾਲੀ ਕੋਈ ਨਹੀਂ ਭਰ ਹੋਈ ਸਵੇਰ ਦਾ 7 ਵਜੇ ਦੇ ਆਏ ਜੀ ਸਵੇਰ ਦੇ ਭੁੱਖੇ ਭਾਣੇ ਬੈਠਾ ਹੁਣ ਨਿਕਲੇ 5-4 ਟਰਾਲੀਆਂ ਉਹ ਵੀ ਉਹ ਲੇਬਰ ਨੇ ਭਰੀ ਆ ਜੀ ਸਾਡੀ ਤਾਂ ਬੇਨਤੀ ਹੈ ਕੰਮ ਚੱਲਿਆ ਸਾਰਿਆਂ ਲਈ ਚੱਲੇ ਨਹੀਂ ਤਾਂ ਜੀ ਕੰਮ ਬੰਦ ਹੋਵੇ ਸਾਡੀ ਬਸ ਆਈ ਬੇਨਤੀ ਹੈ ਜੀ ਹਾਂਜੀ